جسمِ انسان پر نفسیاتی اثرات تو پڑھی جا ہوں متوجہ جسم انسانی پر نفسیاتی اثرات کی تین بالمقابل صورتوں کے چھ جذبات یہ ہیں. پہلا لفظ نہیں تم سمجھایا. ہاں جی بالمقابل چنگا رہے گا کیوں جی بالمقابل پھر پڑھ. جسم انسانی پر نفسیاتی اثرات کی تین بالمقابل صورتوں کے تین بالمقابل صورتوں کے اصل تین ہوں نے جسم کہڑے کہڑے والا جس کا تین رنگ ہوں پھر تو لذت خوشی ندامت یا خوف ہے نا یہ تقسیم کنج کری رہا ہے ہوں تو سیکھنا ہے تو تینوں نو چھیان کس طرح تقسیم کرے گا ٹھیک ہے یہ گل بیان کرن لگے نے تین پہلے نیلا پیلا سرخ فطرت دے رنگ تین نیلا پیلا ٹھیک ہے فطرت دے تین رنگ نیلا پیلا سرخ پیلے دے نال غصہ جوڑ لے بالکل صاحب نہ کھاؤ جوڑ لے سرخ نال خوشی ہاسا ہاسا. اچھا یہ تین ایسیا چیزاں نے تو تین چیزاں تو دین اسلام نے منع کیا. کھل کھلا کے کہکا مارا تو حسن تو نبی صلی اللہ علیہ وسلم منع کیا. سارے جانتے نہیں سارے بڑی حدیث کیوں جی بھائی عثمان جی کھل کھلا کے کہکا مار کے حسن تو منع کیوں کیا کہ دل مردہ ہو جائے گا. کیوں جی یہ بھی نہ دسیا کہ دل مردہ ہو جائے گا تو جی نہیں جی دماغی حالت نا جی موٹا لفظ سارے سارے یاد رہنا چاہیے کہ یاد کرانا مقصد ہے موٹے دماغ دے نہیں سارے پا یار تیرے ورگے نہیں سارے موٹے جسم دے نہیں موٹے دماغ دے بھی ہے. خوف والا مریض ہمیشہ یاد رکھنا ہے بزدل ہوندا ہے بڑا ڈاڑا بزدل ہوندا ہے. نو 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 میرے نو کچھ آکھیں کیوں جی بابا جی اے لفظ ہی بڑا زیادہ ہوندا ٹھیک ہے اندروں باہر ہی نہیں نکلدا انہاں نوں جوڑنا کہندے اے انہاں نے سمجھانا ہی ہوندا تینا تینا دی تے سمجھ آئی گئی ہونی ہے. انہاں تینا دے بل مقابل چھ جذبے بننے نے ہن کچھ حاصل کر لے خوش نہ کر سکے تے پھر غم اے پہلا حل ہو گیا تیرا کچھ حاصل کر لے کچھ نہ کر سکے تے غم یاد رہے گا بابا جی فقط نہیں لگا یہ ماں بہن گلا ہون گیا ہے یہ دو حالتاں نال نال آن گیا کچھ حاصل کر لے نال نال قریب دس دے میں گڑی ہے دسن لگے ہیں یار صابر صاحب دسن لگے میں کی دسنا میں تے تانوں ایک ہاتھ لوایا تے کچھ حاصل کر لے نہ کر لے تے ساری زندگی یاد رہنا ہے جی تک پتلا ہی کوئی نہیں. جذبہ خواہش
ਇੱਥੋਂ ਤੱਕ ਲੈ ਕੇ ਆਈਏ, ਕੁਛ ਲੱਭ ਗਿਆ? ਖੁਸ਼, ਕਿਆ ਬਾਤ ਹੈ, ਗੱਲ ਲੱਭ ਗਈ ਕੋਈ? ਨਾ ਲੱਭੇ, ਮੱਥੇ ਵੱਟ ਪਾਇਆ, ਸਖ਼ਤ ਅਲਫਾਜ਼ ਬੋਲੇ, ਮੁੜ ਆਉਣਾ ਹੀ ਨਹੀਂ ਗਮ, ਇਹਨਾਂ ਨੇ ਮੈਨੂੰ ਸ਼ਹੀਦਤਾ ਹੀ ਨਹੀਂ, ਮੈਂ ਸਾਰੀ ਜ਼ਿੰਦਗੀ ਨਹੀਂ ਕਦੀ ਮਤਲਬ ਇਹ ਵੇ ਅਸਲੀ ਗੱਲ, ਜਜ਼ਬਾ ਹਰ ਵਕਤ ਲੈ ਕੇ ਨਾਲ ਨਾਲ ਬੰਦਾ ਟੁੱਟਦਾ ਫਿਰਦਾ ਰਹਿੰਦਾ, ਹਰ ਵਕਤ ਘੜੀ ਚ ਤੋਲਾ ਘੜੀ ਚ ਮਾਸ਼ਾ, ਇੰਜ ਹੁੰਦਾ ਰਹਿੰਦਾ। ਇਹ ਕਰਨ ਲੱਗਿਆ ਭਾਈ, ਇਹਦੀ ਗੱਲ ਸਮਝ ਆਈ ਜੀ? ਇੰਨੀ ਗੱਲ ਤੂੰ ਕੀ ਆਖਿਆ ਭਲਾ, ਬੜੀ ਵੱਡੀ ਗੱਲ ਹੀ ਆ, ਪੰਜਾਬੀ ਦੇ ਤਹਿਤ ਦੱਸਿਆ ਤੇ ਉਹਨੂੰ ਸਹੀ ਦੱਸਣ ਲੱਗੇ ਕਿਹੜੇ ਹੋਣਗੇ ਜੀ? ਛੇ ਜਜ਼ਬੇ ਜੀ ਹੈ, ਨੰਬਰ 1 ਮੁਸਰਤ, ਗਮ, ਖੌਫ, ਗੁੱਸਾ, ਲਜ਼ਤ, ਸ਼ਰਮਿੰਦਗੀ। ਗੁੱਸਾ, ਗੁੱਸੇ ਕੀ ਹਾਲਤ ਮੇਂ ਜਜ਼ਬੇ ਕਾ ਇਜ਼ਹਾਰ ਬਾਹਰ ਕੀ ਤਰਫ ਜਾਂ ਕਬਾਰਗੀ ਹੋਤਾ ਹੈ। ਮੁਕੰਮਲ ਹੋ ਗਿਆ। ਲੇਕਿਨ ਇਹਨਾਂ ਨੂੰ ਪਹਿਲੇ ਅਸੀਂ ਆਪਣੀ ਤਹਿਰੀਕਾਤ ਦੇ ਨਾਲ ਜੋੜ ਲੈਂਦੇ ਹਾਂ। ਹਾਂਜੀ, ਕਿਸ ਤਰ੍ਹਾਂ ਵਾਲਾ? ਲੱਜ਼ਤ ਕਿੱਥੇ ਹੁੰਦੀ ਵਾਲਾ? ਅਸਾਬੀ ਉਜ਼ਲਾਤੀ। ਲੱਜ਼ਤ ਕਿੱਥੇ ਹੁੰਦੀ? ਅਸਾਬੀ ਉਜ਼ਲਾਤੀ। ਤੇ ਗਮ ਉਜ਼ਲਾਤੀ ਸਾਬੀ। ਉਜ਼ਲਾਤੀ ਸਾਬੀ, ਆਹ ਹੁਣ ਤੁਹਾਡੀਆਂ ਗੱਲਾਂ ਤੋੜ ਕਰ ਲਓ। ਠੀਕ ਹੈ ਜੀ। ਹਾਂਜੀ, ਲੱਜ਼ਤ ਸਾਬੀ ਉਜ਼ਲਾਤੀ, ਤੇ ਗਮ ਉਜ਼ਲਾਤੀ ਸਾਬੀ, ਤੇ ਮੁਸਰਤ ਉਜ਼ਲਾਤੀ ਬੁੱਧੀ, ਤੇ ਗੁੱਸਾ ਬੁੱਧੀ ਉਜ਼ਲਾਤੀ, ਤੇ ਨਦਾਮਤ ਬੁੱਧੀ ਸਾਬੀ, ਤੇ ਸਾਬੀ ਗੁੱਧੀ ਚ ਖੌਫ। ਯਾਸੀਨ ਸਾਹਿਬ ਆ ਗਿਆ ਜੀ ਸਾਰਾ। ਹਾਂਜੀ, ਗਮ ਸਬਜ਼ੀ ਉਜ਼ਲਾਤੀ ਸਾਬੀ, ਕਭੀ ਖੁਸ਼ੀ ਕਭੀ ਗਮ, ਨਦਾਮਤ ਇੱਕ ਵਾਰ ਲਿਆਂਦਾ, ਨਦਾਮਤ ਤੇ ਗਮ ਦੋਵੇਂ ਬੁੱਧੀ ਸਾਬੀ ਵਿੱਚ, ਬੁੱਧੀ ਸਾਬੀ ਚ ਦੋ ਦੋਵੇਂ ਤਕਰੀਬਨ ਇਹਦੇ ਜੀ। ਕਿਸ ਤਰ੍ਹਾਂ? ਬੁੱਧੀ ਉਜ਼ਲਾਤੀ ਚ ਗੁੱਸਾ ਤੇ ਗਮ ਬੁੱਧੀ ਸਾਬੀ ਚ। ਮਾਲੂਮ ਨਹੀਂ ਯਾਰ, ਉਹ ਪੁਰਾਣੀ ਗੱਲ ਹੈ ਤੁਹਾਡੀ, ਆਪਣੀ ਗੱਲ ਹੋਣੀ ਹੈ, ਕੋਈ ਅੰਜ ਤੇ ਗੱਲ ਕੋਈ ਜਾ। ਫਿਰ ਜਿਹੜੀ ਕਿਤਾਬ ਅਮਰਾਜ਼ੁਲ ਅਹਿਮਦ ਉਹਦੇ ਚ ਹੋਰ ਲਿਖਿਆ, ਫਿਰ ਇੱਕ ਜਗ੍ਹਾ ਤੇ ਹੋਰ ਅੱਛਾ, ਪਿਛਲੇ ਆਪਣੀਆਂ ਗੱਲਾਂ ਲੱਗ ਪੈਣ, ਸਾਡੀਆਂ ਆਪਣੀਆਂ ਗੱਲਾਂ ਆ ਗਈਆਂ। ਹਾਲਤ ਮੇਂ ਜਜ਼ਬੇ ਕਾ ਰਜੂ ਯਕਬਾਰਗੀ ਅੰਦਰ ਕੀ ਤਰਫ ਹੋਤਾ ਹੈ। ਇਹ ਇੱਕ ਲਫ਼ਜ਼ ਯਾਦ ਰੱਖਣਾ ਕਿ ਚਿਹਰਾ ਇਨਸਾਨ ਦੇ ਅੰਦਰ ਦਾ ਆਇਨਾ ਹੁੰਦਾ, ਚਿਹਰੇ ਤੇ ਡਿਸਪਲੇ ਹੁੰਦਾ ਹੈ ਜੋ ਅੰਦਰ ਦਾ ਨਿਜ਼ਾਮ ਚੱਲ ਰਿਹਾ ਹੁੰਦਾ। ਜਜ਼ਬਾਤ ਦੇ ਹਵਾਲੇ ਨਾਲ ਇਹ ਗੱਲ ਹੋ ਰਹੀ ਹੈ ਜੀ, ਕੋਈ ਝੂਠ ਨਹੀਂ ਚੱਲਦਾ, ਕੋਈ ਫਰਾਡ ਨਹੀਂ ਹੈ ਨਾ। ਚਿਹਰ ਉਹ ਤੇਰਾ ਬੜਾ ਰੰਗ ਭੱਜਾ ਹੈ, ਕੀ ਹੋਇਆ ਤੈਨੂੰ? ਹਾਂ, ਕਿਹਦਾ ਪਿੱਛੇ ਹਾਸਾ ਦੇਖ ਕੇ ਆਇਆ ਹੈ ਨਾ, ਸਮਝ ਆਈ ਗੱਲ? ਹੁਣ ਕਹ ਤੇਰਾ, ਤੈਨੂੰ ਬੜੀ ਖੁਸ਼ੀ ਹੈ, ਤੂੰ ਬੜਾ ਸੜਿਆ ਅੱਜ, ਖੈਰ ਤੇ ਆਵੇ। ਹਾਂਜੀ, ਇਹ ਚਿਹਰੇ ਵੱਲ ਵੇਖ ਕੇ ਹਰ ਉਹ ਬੰਦਾ ਜਿਹੜਾ ਕੀਮ ਨਹੀਂ, ਹਾਂਜੀ ਬਿਲਕੁਲ, ਜੱਜ ਕਰਦਾ ਪਿਆ ਸਰ ਜੀ, ਜਿਹੜਾ ਕੀਮ
ਹੈ ਉਹ ਸੈਂਸ ਦੀ ਕੰਮ ਕਰਦੀ ਤੁਹਾਡੀ ਨਹੀਂ ਕਰਨ ਲੱਗੀ ਕਰੇਗੀ ਇਨਸ਼ਾਅੱਲਾ ਇਨਸ਼ਾਅੱਲਾ ਹਾਂਜੀ ਖੁਸ਼ੀ ਕੀ ਹਾਲਤ ਮੇਂ ਕਿਸੀ ਜਜ਼ਬੇ ਕਾ ਰਜੂ ਰਫਤਾ ਰਫਤਾ ਬਾਹਰ ਕੀ ਤਰਫ ਹੋਤਾ ਹੈ ਐ ਆਹਿਸਤਾ ਆਹਿਸਤਾ ਗੁੱਸੇ ਚ ਯਕਦਮ ਹਾਂਜੀ ਗੁੱਸੇ ਚ ਯਕਦਮ ਯਕਦਮ ਹਾਂਜੀ ਲਾਹ ਕੀ ਨਾ ਹੋ ਜਾਣਾ ਹਾਂ ਹੈ ਨਾ ਯਕਦਮ ਜੀ ਗਮ ਕੀ ਸੂਰਤ ਮੇਂ ਕਿਸੀ ਜਜ਼ਬੇ ਕਾ ਰਜੂ ਰਫਤਾ ਰਫਤਾ ਅੰਦਰ ਕੀ ਤਰਫ ਹੋਤਾ ਹੈ ਸ਼ਰਮਿੰਦਗੀ ਕੀ ਹਾਲਤ ਮੇਂ ਨਫਸ ਯਕ ਬਾਰਗੀ ਕਭੀ ਅੰਦਰ ਔਰ ਕਭੀ ਬਾਹਰ ਜਾਤਾ ਹੈ ਉਹਨੇ ਕਹਿ ਮੈਨੂੰ ਵੇਖ ਲਿਆ ਹੁਣ ਫੜਿਆ ਗਿਆ ਮੈਂ ਹੁਣ ਇੱਦਾਂ ਨਾ ਸ਼ਰਮਿੰਦਗੀ ਹੈ ਜਿਹੜੀ ਔਰਤ ਸ਼ਰਮਿੰਦੀ ਹੁੰਦੀ ਹੈ ਨਾ ਜਿਹਦੇ ਜਿਹਦਾ ਅਸਲ ਮਿਜ਼ਾਜ ਗੁੱਦੀ ਸਾਹਿਬ ਹੀ ਹੁੰਦਾ ਉਹ ਆਪਣੇ ਖਸਮ ਕੋ ਵੀ ਹਜਾ ਕਰਦੀ ਇਹਦਾ ਉਹ ਯਾਦ ਰੱਖਿਓ ਜਿਹਦਾ ਅਸਲ ਮਿਜ਼ਾਜ ਜੇ ਦੋਵਾਂ ਦਾ ਉਜਲਾਤੀ ਹੋ ਜਾਏ ਤਾਂ ਫਿਰ ਪਾਨ ਖਾਧਾ ਬੁਲੀਆਂ ਨਾਲ ਸ਼ਰਾਬ ਖਾਧੀ ਅੱਖੀਆਂ ਨਾਲ ਬਚ ਗਏ ਤੇ ਝੂਲੇ ਲਾਲ ਫੜੇ ਗਏ ਤੇ ਢੂਈ ਲਾਲ ਹੈ ਨਾ ਇਸ ਜਜ਼ਬਾਤ ਦੇ ਤਹਿਤ ਸਾਰੇ ਰੰਗ ਆਉਂਦੇ ਨੇ ਗੱਲ ਤੁਹਾਨੂੰ ਇੰਝ ਨਹੀਂ ਸੁਣਾਈ ਇਹ ਜਜ਼ਬਾਤ ਦੇ ਤਹਿਤ ਯਾਦ ਕੀਤੀ ਹੈ ਠੀਕ ਹੈ ਪਹਿਲੇ ਕੀ ਕਰਦਾ ਪਾਨ ਖਾਂਦਾ ਬੁੱਲੀਆਂ ਲਾਲ ਖੁਸ਼ੀ ਮਹਿਸੂਸ ਕਰਦਾ ਲਜ਼ਤ ਕਿਆ ਬਾਤ ਹੈ ਮਜ਼ਾ ਜੀ ਅਤੇ ਸ਼ਰਾਬ ਪੀਏ ਤੇ ਫਿਰ ਕੀ ਕਰਦੇ ਅੱਖਾਂ ਲਾਲ ਗੁਲਗੁਬਾੜੇ ਕਰਦਾ ਮੁਸਰਤ ਖੁਸ਼ੀ ਨਾਲ ਜੋਮਦਾ ਆਉਂਦਾ ਤੁਹਾਡੀ ਭੈਣ ਨੂੰ ਭਰਾ ਜੋ ਮੈਂ ਆ ਗਿਆ ਜੇ ਇੰਝ ਹੋ ਜੋ ਤੁਹਾਡੀ ਭੈਣ ਨਾ ਉਹਨੂੰ ਤਮੀਜ਼ ਮਾਂ ਦੀ ਨਾ ਭੈਣ ਦੀ ਨਾ ਲੈਣ ਨਾ ਦੇਣ ਜੋ ਮਰਜ਼ੀ ਜਨਾ ਵੀ ਕਰੇਗਾ ਭੈਣ ਵੀ ਨਹੀਂ ਛੱਡੇਗਾ ਮਾਂ ਵੀ ਨਹੀਂ ਛੱਡੇਗਾ ਸ਼ਰਾਬ ਇੱਥੋਂ ਤੱਕ ਇਨਸਾਨ ਦੇ ਦਿਮਾਗ ਨੂੰ ਖਮਾਰੀ ਚੜ੍ਹ ਜਾਂਦੀ ਠੀਕ ਹੈ ਜੀ ਹਾਂ ਤੇ ਜੇ ਫੜਿਆ ਜਾਣ ਤੋਂ ਮੁਰਾਦ ਕੀ ਹੈ ਫਿਰ ਨਦਾਮਤ ਸ਼ਰਮਿੰਦਗੀ ਹੈ ਤੇ ਲੋਕ ਕੁੱਟਣਗੇ ਭੈਣ ਚੁਗਾ ਨਹੀਂ ਕਰਨਾ ਬਗੈਰ ਤਾਂ ਨਹੀਂ ਸਮਝੇ ਗੱਲ ਫਿਰ ਨਦਾਮਤ ਹੈ ਇਹ ਸਾਰੇ ਜਜ਼ਬੇ ਦੇ ਤਹਿਤ ਨੇ ਮੈਂ ਤਾਂ ਲੈਵਲ ਤੁਹਾਡੇ ਸਾਹਮਣੇ ਰੱਖੇ ਠੀਕ ਹੈ ਇਹ ਮਾਮੂਲੀ ਨਹੀਂ ਜੇ ਨਹੀਂ ਅੱਗੇ ਲਜ਼ਤ ਕੀ ਹਾਲਤ ਮੇਂ ਨਫਸ ਆਹਿਸਤਾ ਆਹਿਸਤਾ ਕਭੀ ਅੰਦਰ ਕਭੀ ਬਾਹਰ ਜਾਤਾ ਹੈ ਅੱਲਾ ਕਰੇ ਹਰ ਮਵਾਲਜ ਨੂੰ ਅੱਲਾ ਇੰਝ ਹੀ ਗੁੱਸਾ ਦੇ ਦੇ ਕਿ ਦੂਰੋਂ ਵੇਖ ਲੈ ਕਰੇ ਯਾਰ ਤੂੰ ਕਿਸ ਤਰ੍ਹਾਂ ਦਾ ਤੇਰੇ ਨਾਲ ਇੰਝ ਕੀ ਹੁੰਦਾ ਪਿਆ ਤੂੰ ਇਸ ਤਰ੍ਹਾਂ ਕਦੀ ਸੋਚਣਾ ਕਦੀ ਤੇਰੀ ਸੋਚ ਹੀ ਕੋਈ ਨਹੀਂ ਇੱਥੇ ਕਦੀ ਤੂੰ ਕਿਸ ਤਰ੍ਹਾਂ ਦਾ ਕਿੱਧਰ ਜਾਣਾ ਗੱਲ ਮੇਰੇ ਨਾਲ ਕਰਨਾ ਸੋਚਣਾ ਕਿਤੇ ਹੋਰ ਹੈ ਫਰਕ ਹੈ ਨਾ ਠੀਕ ਹੈ ਉਹ ਜਜ਼ਬਾਤ ਦੀ ਜਜ਼ਬਾਤ ਨਾਲ ਖੇਲਣਾ ਆ ਜਾਏਗਾ ਕੌਣ ਖੇਲ ਸਕੇਗਾ ਜਿਹੜਾ ਅਮੀਕ ਨਜ਼ਰ ਹੋਏਗਾ ਗੌਰ ਕਰਕੇ ਵੇਖ ਸਕਦਾ ਹੋਏ ਇਹ ਮਸਜਿਦ 'ਚ ਪੜ੍ਹਾਉਣ ਵਾਲੇ ਜਿਹੜੇ ਤਾਲਬੇ ਜਿਹੜੇ ਉਸਤਾਦ ਹੁੰਦੇ ਨੇ ਇਹਨਾਂ ਨੂੰ ਬੜੀ ਜਲਦੀ ਗੱਲ ਦੀ ਸਮਝ ਆਉਂਦੀ ਕਿਉਂਕਿ ਬੱਚੇ ਬੱਚੇ ਨੂੰ ਵੀ ਵਹਿੰਦੇ ਹੁੰਦੇ ਨੇ ਕੀ ਕਰ ਰਿਹਾ ਹੁੰਦਾ ਹੈ ਕਿਸ ਤਰ੍ਹਾਂ ਅੱਜ ਰੋਕਿਆ ਅੱਜ ਇਹ ਪਹਿਲੇ ਸਹੀ ਹੁੰਦਾ ਅੱਜ ਇਹਨੂੰ ਕੀ ਹੋਇਆ ਚਿਹਰੇ ਤੋਂ ਇੰਝ ਕਰ ਮਸੀਤੇ ਜਾਇਆ ਕਰ ਜਾ ਕੇ ਨਾ ਸਵੇਰੇ ਸਵੇਰੇ ਬੱਚੇ ਜਦੋਂ ਕਰ ਤੂੰ ਉਸ ਟਾਈਮ ਸੁੱਤਾ ਹੁੰਦਾ ਤੇ ਹੈ ਹੀ ਕਹਿੰਦਾ ਨਾ ਉਸ ਟਾਈਮ ਜਾਣਾ ਜਦੋਂ ਬੱਚੇ ਕੋਈ ਖੁਸ਼ੀ ਨਾਲ ਆ ਰਿਹਾ ਫਿਰ ਰੋਂਦਾ ਹੁਣ ਡਿਆ ਨਹੀਂ ਉਹ ਤਾਂ ਗਲੀ 'ਚ ਹੀ ਪਤਾ ਲੱਗਦਾ ਹੁੰਦਾ ਕਿ ਕੋਈ ਕੁੜਤਾ ਦਾ ਜਾ ਰਿਹਾ ਤੇ ਕੋਈ ਸੁਣਨਾ ਜਾ ਰਿਹਾ ਦਰਵਾਜ਼ੇ ਤੇ ਬਹਿ ਕੇ ਸੇ ਹਾਂਜੀ ਆ ਤਾਂ ਵੇਖਿਆ ਕਰਨਾ ਪਰ ਇਹਦੇ ਲਾਗੇ ਨਹੀਂ ਹੈ ਫੇਸ ਰੀਡਿੰਗ ਕਰਨੀ ਚਾਹੀਦੀ ਹੈ ਅਸਲ ਬੁਨਿਆਦੀ ਗੱਲ ਹੈ ਵੇ ਕਿ ਵੇਖਣਾ ਹੈ ਵੇ ਕਿ ਬੱਚੇ ਦੇ ਤਾਸਰਾਤ ਕੀ ਨੇ ਤੁਹਾਨੂੰ ਸ਼ੁਰੂ ਤੋਂ ਬਚਪਨ 'ਚ ਨਜ਼ਰ ਆਉਣਾ ਸ਼ੁਰੂ ਹੋ ਜਾਏ
ਤੁਹਾਡੇ ਘਰ ਹੀ ਬੱਚੇ ਹੈ ਨਾ ਮਾਸ਼ਾਅੱਲਾ, ਜੇ ਤੁਹਾਡੇ ਆਪਣੇ ਨਹੀਂ ਤੇ ਦੂਜਿਆਂ ਦੇ ਧਿਆਨ ਸ਼ੁਕਰ ਹੈ ਹੈਨੀ ਪੰਦਰ ਸਮਝ ਆ ਜਾਂਦੀ ਕਿ ਕਿਵੇਂ ਸਵੇਰੇ ਉੱਠਿਆ ਜੀ, ਉਹਦੇ ਤਾਸਰਾਤ ਕੀ ਨੇ ਉਹਦੀ ਸਮਝ ਆ ਜਾਂਦੀ ਬੰਦੇ ਨੂੰ। ਇਹਨੂੰ ਜਾਂਚਣਾ ਸਿੱਖਣਾ, ਤੁਹਾਨੂੰ ਦਾਵਤ ਤੇ ਫਿਕਰ ਦੇਣ ਦਾ ਮਕਸਦ ਹੈ ਵੇ ਕਿ ਯੱਕ ਬਾਰਗੀ ਗੁੱਸਾ ਹੋਵੇ ਤੇ ਕੀ ਹੁੰਦਾ ਤੇ ਕੰਮ ਹੋਵੇ ਤੇ ਯੱਕ ਬਾਰਗੀ ਅੰਦਰ, ਤੇ ਜੇ ਸ਼ਰਮਿੰਦਗੀ ਹੋਵੇ ਤੇ ਯੱਕ ਬਾਰਗੀ ਕਦੀ ਥੋੜ੍ਹਾ ਥੋੜ੍ਹਾ ਬਾਹਰ ਕਦੀ ਕਰਨਾ ਅੰਦਰ ਕਿ ਮੈਂ ਇੰਝ ਕੀਤਾ ਕਿਉਂ ਹੋਇਆ ਕਿਉਂ ਫੜਿਆ ਕਿਉਂ ਗਿਆ ਇੰਝ ਕਿਉਂ ਹੋਇਆ ਉਹਨੇ ਮੈਨੂੰ ਕੀ ਕਿਹਾ ਇਹਨੂੰ ਮੈਨੂੰ ਇੰਝ ਨਹੀਂ ਕਹਿਣਾ ਚਾਹੀਦਾ। ਅੱਛਾ ਵੇਖੀ ਜਾਏਗੀ ਇਹ ਗੱਲਾਂ ਦਾ ਧਿਆਨ ਰੱਖਣਾ, ਵੇਖੀ ਜਾਏਗੀ ਵਾਲਾ ਤਰੀਕਾ ਅਲਫਾਜ਼ ਅਲਫਾਜ਼ ਤੁਹਾਡੇ ਜਜ਼ਬਾਤ ਨੂੰ ਰੰਗ ਦੇਣਗੇ, ਜਜ਼ਬਾਤ ਅਲਫਾਜ਼ ਨੂੰ ਰੰਗ ਦੇਣਗੇ। ਕਿਸ ਤਰ੍ਹਾਂ? ਇੱਕ ਇੱਕ ਬੰਦੇ ਨੂੰ ਤੁਸੀਂ ਕਹਿੰਦੇ ਹੋ ਯਾਰ ਚੱਲ ਚੱਲੀਏ ਫਲਾਣੀ ਜਗ੍ਹਾ ਜਾਣਾ ਹੈ, ਉੱਥੇ ਚੀਜ਼ ਅੱਛੀ ਮਿਲ ਜਾਂਦੀ ਹੈ, ਜੇਕਰ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਸ਼ਾਇਦ ਚੰਗੀ ਨਹੀਂ ਲੱਭਦੀ, ਫਿਰ ਉਹਨੇ ਕਿਹਾ ਯਾਰ ਤੂੰ ਮੈਨੂੰ ਕਦ ਨਹੀਂ ਲਿਆਂਦਾ ਇੱਥੇ ਤੇ ਭੈਣ ਚੋ ਸਾਰਾ ਕੰਮ ਹੀ ਖਰਾਬ ਹੈ। ਇਹ ਡਿਫਰੈਂਸ ਦੂਜੇ ਦਾ ਤੁਹਾਡੇ ਜ਼ਿਹਨ 'ਚ ਕਨਸੈਪਟ ਕੀ ਬੈਠੇਗਾ, ਜਦੋਂ ਤੁਸੀਂ ਕਦੀ ਦੁਬਾਰਾ ਉਹਦੇ ਨੂੰ ਕਹੋਗੇ ਚੱਲੀਏ ਤਾਂ ਕੀ ਆਕੇਗਾ ਤੁਹਾਡੇ ਬਾਰੇ ਕੀ ਖਿਆਲ ਕਰੇਗਾ? ਕਿਉਂ ਜੀ ਯਾਸਿਨ ਸਾਹਿਬ ਹੈ ਨਾ ਯਾਨੀ ਡਰਾਮੇ ਕਰਦਾ, ਮੇਰੇ ਨਾਲ ਪਹਿਲਾਂ ਵੀ ਕੀਤਾ ਸੀ ਅੱਜ ਫਿਰ ਕੀਤਾ ਜੀ ਜਾ ਭਾਜਾ ਮੈਂ। ਇਹ ਕਦੋਂ ਹੋਏਗਾ? ਉਹ ਤੇਰੇ ਚਿਹਰੇ ਤੋਂ ਵੇਖ ਕੇ ਹੀ ਆਖੇਗਾ, ਕਿਉਂ ਤੂੰ ਆਪਣਾ ਇਮੇਜ ਅੱਛਾ ਨਹੀਂ ਰੱਖਿਆ, ਤੂੰ ਆਪਣੀ ਗੁਫ਼ਤਗੂ ਅੱਛੀ ਨਹੀਂ ਕੀਤੀ, ਤੂੰ ਆਪਣਾ ਕੁਲੈਕਟ ਕਰਨ ਵਾਲੀ ਚੀਜ਼ ਜਿਹੜੀ ਸੀ ਉਹ ਅੱਛੀ ਨਹੀਂ ਕੋਲ ਰੱਖੀ, ਇਹ ਬੜਾ ਫਰਕ ਹੈ। ਇੱਕ ਵਾਰੀ ਤੇਰੇ 'ਤੇ ਕੋਈ ਇਤਮਾਦ ਕਰੇਗਾ, ਦੂਜੇ ਨਹੀਂ ਕਰੇਗਾ, ਆਦਤ ਤੀਸਰੀ ਜਿਹੜੀ ਕਦੀ ਕੋਈ ਨਹੀਂ ਕਰੇਗਾ, ਠੀਕ ਹੈ? ਇਹ ਜਜ਼ਬਾਤ ਤੋਂ ਵੇਖਿਆ ਜਾਂਦਾ ਹੈ, ਜਜ਼ਬਾਤ ਦਾ ਇਹਦੇ ਨਾਲ ਬਹੁਤ ਗਹਿਰਾ ਤਲਕ ਹੀ। ਕਿਉਂ ਨਹੀਂ ਯਾਸਿਨ ਸਾਹਿਬ? ਹਾਂ, ਜਿਹੜਾ ਵਾਅਦਾ ਕਰੇ ਫਰਮਾਇਆ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋ ਪੁੱਛਿਆ ਕਿ ਮੂਮਨ ਜਿਹੜਾ ਉਹ ਕੀ ਹੋ ਸਕਦਾ, ਕਿਸੇ ਚੋਰ ਹੋ ਸਕਦਾ, ਫਲਾਣਾ ਹੋ ਸਕਦਾ, ਮੈਂ ਝੂਠਾ ਹੋ ਸਕਦਾ? ਨਹੀਂ, ਝੂਠਾ ਨਹੀਂ ਹੋ ਸਕਦਾ। ਇਹ ਗੱਲਾਂ ਸਾਡੀ ਤਰਬੀਅਤ ਕੀਤੀ ਗਈ ਹੈ। ਫਿਰ ਫਰਮਾਇਆ ਲਾ ਤੱਕ ਸਭ ਗੁੱਸਾ ਨਾ ਕਰਿਆ ਕਰ, ਪਹਿਲੇ ਤਿੰਨਾਂ ਨੂੰ ਜਿਹੜੇ ਦੱਸੇ ਸਨ ਨਾ ਉਹਨਾਂ ਦੇ 6 ਮੱਦੇ ਮੁਕਾਬਲੇ ਜਿਹੜੇ ਜਜ਼ਬਾਤ ਨੇ ਨਾ ਇਹ ਉਹਨਾਂ ਨਾਲ ਅਸੀਂ ਹੁਣ ਖੇਡਣਾ ਸਿੱਖਣ ਡੇ ਹਾਂ, ਕਿਸੇ ਮਰੀਜ਼ ਨਾਲ ਗੱਲ ਕਰਨੇ ਹਾਂ ਪਹਿਲਾਂ ਉਹਨੂੰ, ਠੀਕ ਹੈ, ਉਹਦੀ ਸਾਰੀ ਗੁਫ਼ਤਗੂ ਸੁਣਨੇ ਹਾਂ, ਅਸੀਂ ਇੱਕ ਗੱਲ ਆਖਰੀ ਵਿਚਾਰ ਕਰਦੇ ਵਾਸਤੇ ਰੱਖਦੇ ਹਾਂ। ਇਹ ਤੁਹਾਡੀ ਗੱਲ ਦਾ ਅਸਲ ਮਾਖਜ਼ ਹੁੰਦਾ, ਯਾਦ ਸਿੱਖ ਜੋ ਕੀ ਕਰਨਾ ਹੈ, ਕੇਸ ਟੇਕਿੰਗ ਕਰੀ ਦੀ ਹੈ ਨਾ ਕਿ ਤਬਰਲੇ ਸੁੱਟਣੇ ਨੇ। ਮਰੀਜ਼ ਦੀ ਤੁਸੀਂ ਸਾਰੀ ਗੁਫ਼ਤਗੂ ਸੁਣ ਲਓ ਨਾ, ਕਮਾਲ ਗੱਲ ਹੈ ਯਾਰ, ਲੈਣ ਲੱਗੀ ਫਿਰ ਵੀ ਸੁਣਨੇ ਆ, ਫਿਰ 150-200 ਮਰੀਜ਼ ਤੱਕ ਤਾਂ ਆਪਣਾ ਸਟੈਮਿਨਾ ਐਵੇਂ ਹੀ ਵੇਖ ਸਕਦੇ ਹਾਂ, ਉਹ ਤੋਂ ਬਾਅਦ ਨਹੀਂ ਵੇਖ ਸਕਦੇ, ਬਸ ਹੋ ਜਾਂਦੀ ਮਰੀਜ਼ ਦੀ ਕੇਸ ਹਿਸਟਰੀ ਇੰਨੀ ਕਹੀ ਨਹੀਂ, ਆਸਤਾ 10 ਮਿੰਟ 'ਚ ਬੰਦਾ ਆਸਤਾ ਆਸਤਾ ਕਰਕੇ ਦੋ ਗੱਲਾਂ 'ਚ ਵੀ ਸੁਣ ਲੈਂਦਾ ਫਲਾਣਾ ਇੰਜ, ਲੇਕਿਨ ਗੱਲ ਸੁਣਨੀ ਹੈ ਤੁਹਾਂ ਤਾਰਕ ਸਾਹਿਬ ਨਾ ਗੱਲਾਂ ਕਰੋ ਯਾਰ। ਬਹਿਣ ਤੋਂ ਮਰਾਦ ਦੇ ਕੇ ਬਹਿ ਜਾ, ਉਜਲਾਤ ਤੇਰੀ ਹਰਕਤ ਨਹੀਂ ਕਰਨੀ ਚਾਹੀਦੀ ਹੁਣ,
ਅਗਰ ਕਰਨਗੇ ਤਾਂ ਉਜ਼ਲਾ ਚ ਤਹਿਲੀਲ ਸ਼ਿੱਦਤ ਨਾਲ ਵੱਧ ਜਾਏਗੀ, ਹਰਕਤ ਘਟਾ ਦਿੱਤੀ ਹੈ, ਕਿਉਂਕਿ ਬਲਦੇ ਕੋਇਲੇ ਨੂੰ ਹਵਾ ਦੇਈਏ ਤਾਂ ਕੀ ਹੁੰਦਾ, ਉਹ ਹੋਰ ਭਖਦਾ ਹੈ, ਜ਼ਿਆਦਾ ਭਖਦਾ, ਹਰਕਤ ਘਟਾਈ ਹੈ, ਪੂਰੇ ਦੋ ਖਾਨਦਾਨਾਂ ਚ ਲੜਾਈ ਹੁੰਦੀ ਹੋਵੇ ਨਾ, ਉਹਦੀ ਸਲਾਹ ਦਾ ਇੱਕ ਹੀ ਇਲਾਜ ਹੁੰਦਾ, ਯਾਦ ਰੱਖਣਾ, ਜਿਹੜੀ ਜਨਾਨੀ ਪਿੱਛੇ ਭੜਕਾਉਂਦੀ ਹੁੰਦੀ ਹੈ ਨਾ, ਉਹਦਾ ਮੂੰਹ ਬੰਦ ਕਰੀਦਾ, ਉਹਦੇ ਜਾ ਕੇ ਤਰਲੇ ਪਾਈਦੇ, ਉਹਦੇ ਪੈਰੀ ਪੈਜੀਦਾ, ਇੱਕ ਪਿੱਛੇ ਦੋ ਜਨਾਨੀਆਂ ਹੁੰਦੀਆਂ ਨੇ, ਪੂਰੇ ਖਾਨਦਾਨ ਨੂੰ ਲੜਾਉਣ ਵਾਲੀਆਂ ਪਿੱਛੇ ਔਰਤਾਂ ਹੁੰਦੀਆਂ ਨੇ, ਕਿਉਂ ਭਲਾ, ਔਰਤ ਜ਼ਾਤੀ ਹਰਾਰਤ ਦਾ ਮਰੀਜ਼ ਹੁੰਦੀ ਹੈ, ਹਰਾਰਤ ਹੁੰਦੀ ਹੈ ਔਰਤ, ਉਹਦੀ ਗੱਲ ਆਪਣੀ ਗੱਲ ਛੱਡਦੀ ਹੋਈ ਨਹੀਂ, ਏਡੀ ਲੀਚੜ ਹੋ ਕੇ ਜੁੜਦੀ ਹੈ ਕਿ ਸਾਰਿਆਂ ਨੂੰ ਭੜਕਾਉਂਦੀ ਹੈ, ਫਲਾਣੇ ਨੂੰ ਫਲਾਣੇ ਦੇ, ਫਲਾਣੇ ਨੂੰ ਫਲਾਣੇ ਦੇ, ਫਲਾਣੇ ਨੂੰ ਫਲਾਣੇ, ਬੰਦੇ ਆਪਸ ਲੜ ਕੇ ਮਰ ਜਾਂਦੇ, ਪਿੱਛੇ ਔਰਤ ਹੁੰਦੀ ਹੈ, ਕਿਉਂ ਹਰਾਰਤ ਬੁੱਝਦੀ ਨਹੀਂ, ਲੜਾਈਆਂ ਦੇ ਪਿੱਛੇ ਕਿਹਦੇ ਕੀ ਹੁੰਦੀ ਹੈ, ਜ਼ਰ ਜ਼ਨ ਅਤੇ ਜ਼ਮੀਨ ਤਿੰਨਾਂ ਚੀਜ਼ਾਂ ਦੀ ਲੋੜ ਹੈ, ਇਹ ਕੋ ਮਾਲ ਬਹੁਤ ਹੈ, ਹਸਦ ਆਏਗਾ, ਹਸਦ ਕਿਹੜੀ ਤਹਿਰੀਕ 'ਚ ਹੁੰਦਾ ਜ਼ਿਆਦਾ, ਸੜਨਾ ਜੀ, ਸਦਮੁਖਤ ਇੱਕ ਗੱਲ ਹਸਦ ਹੋਰ ਚੀਜ਼ ਹੈ, ਬੁਗਤ ਹੋਰ ਚੀਜ਼ ਹੈ, ਹਸਦ ਕੀ ਹੈ, ਉਹ ਖਾਂਦੇ ਖਾਣ ਲੱਗ ਪੈਣੀ, ਇਹਨਾਂ ਕੋਲ ਕਿੱਥੋਂ ਇੰਨੇ ਪੈਸੇ ਆ ਗਏ, ਕੱਲ੍ਹ ਭੁੱਖੇ ਮਰਨ ਡਏ ਸਨ, ਕੱਲ੍ਹ ਭੁੱਖੇ ਮਰਨ ਡਏ ਸਨ, ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਨੇ, ਚੰਗੇ ਭਲੇ ਅੱਗੇ ਮੰਗ ਕੇ ਖਾਂਦੇ ਹਨ, ਅੱਜ ਇਹਨਾਂ ਕੋਲ ਪੈਸੇ ਆ ਗਏ ਨੇ, ਭੂਏ ਹੋਏ ਨੇ, ਹਸਦ ਆਉਂਦਾ ਇਹ ਤਾਂ ਸਾਡੇ ਕੋਲ ਹੋਣੇ ਚਾਹੀਦੇ ਸਨ, ਇਹਨਾਂ ਕੋਲ ਕਿਉਂ, ਇਹਨੂੰ ਹਸਦ ਆਉਂਦਾ, ਬੰਦਾ ਕਹਿੰਦਾ ਨਾ ਵੀ ਜੀਤ ਨੂੰ ਮਿਲੀ ਤੇ ਮੈਨੂੰ ਕਿਉਂ ਨਹੀਂ ਮਿਲੀ, ਇਹ ਉਹਨੂੰ ਹੋਰ ਨਾਂ ਦਿੱਤਾ ਤੇ ਅੱਗੇ ਕਿਹਾ ਕਿ ਉਹ ਕਹਿੰਦਾ ਮੈਨੂੰ ਉਹਨਾਂ ਮਿਲੀ ਤੇ ਕਿਹਨੇ ਉਹਨਾਂ ਮਿਲੇ, ਇਹਦਾ ਨਾਂ ਥੱਲੇ ਕਰਨਾ, ਇਹਦੇ ਕੋਲ ਚੀਜ਼ ਤੇ ਉਹ ਕਿਉਂ ਆਈ ਇਹ ਮੇਰੇ ਕੋਲ, ਇਹ ਅਗਲਾ ਦਰਜਾ ਬਿਆਨ ਕੀਤਾ ਕਿ ਇਹ ਇਹਦੇ ਕੋਲ ਮੇਰੇ ਕੋਲ ਨਹੀਂ, ਇਹਦੇ ਕੋਲ ਵੀ ਨਾ, ਉਹ ਸ਼ਿੱਦਤ ਇਖਤਿਆਰ ਕਰਦੇ ਨਾ, ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਮੈਂ ਇਹ ਕਿਸਾਨ ਦੀ ਅਕਲ ਆਦਮੀ ਬੜੇ ਅੱਛੇ ਫੈਸਲੇ ਕਰਦੇ, ਉਹਦੇ 'ਚ ਅਸਰ ਕੀਤਾ ਜਾ ਸਕਦਾ, ਇੱਕ ਬੰਦਾ ਮਾਲ ਦੌਲਤ ਵਾਲਾ ਉਹ ਖਰਚ ਕਰਦਾ ਲੋਕਾਂ ਦੇ ਪੈਸੇ, ਇਹ ਉਹਦੇ 'ਤੇ ਅਸਰ ਕੀਤਾ ਜਾ ਸਕਦਾ, ਇਹਦੇ 'ਚ ਕੀ ਹੈ ਕਿ ਮੈਂ ਅੱਛੇ ਫੈਸਲੇ ਕਰਾਂ, ਮੇਰੇ ਕੋਲ ਵੀ ਮਾਲ ਆਵੇ ਤਾਂ ਮੈਂ ਖਰਚ ਕਰਾਂ, ਇਹ ਕਸਰ ਹੈ ਕਿ ਮੈਨੂੰ ਉਸ ਤੋਂ ਅੱਛਾ ਮਿਲੇ, ਇਹ ਕਸਰ ਹੁੰਦਾ ਹੈ ਕਿ ਇਹਦੀ ਨਿਹਮਤ ਹੈ ਉਹ ਜ਼ਾਇਆ ਹੋ ਜਾਵੇ, ਕਿਉਂ ਮਿਲੀ
ਮੈਨੂੰ ਮਿਲਣੀ ਚਾਹੀਦੀ ਮਿਲੀ ਇਹਨੂੰ ਤੁਹਾਡਾ ਫਾਇਦਾ ਜੇ ਦੂਸਰੇ ਭਾਈ ਦੇ ਕੋਲ ਗੱਡੀ ਹੈ ਤੇ ਇਹ ਮੈਨੂੰ ਵੀ ਗੱਡੀ ਮਿਲ ਜਾਵੇ ਇਹ ਅੱਗੇ ਖਰਚ ਕਰਦਾ ਮੈਂ ਵੀ ਖਰਚ ਕਰਾਂ ਮਾਲ ਮੈਨੂੰ ਮਾਲ ਇਹ ਰਸ਼ਕ ਹੈ ਨਹੀਂ ਰਸ਼ਕ ਇਹ ਵੇ ਕੋਈ ਗੱਲ ਮੈਂ ਮਿਸਾਲ ਦੇਣ ਲੱਗਾ ਸਾਡੇ ਸਾਰਿਆਂ ਤੋਂ ਅਲਹਮਦੁਲਿਲਾ ਅੱਲਾ ਕਰੀਮ ਨਮੂਦੋ ਨਮਾਇਜ ਤੋਂ ਬਚਾਏ ਅਤੇ ਟੀ ਸੀ ਤੋਂ ਵੀ ਬਚਾਏ ਇਹ ਸਾਡੇ ਕੋਲ ਸਾਹਿਬ ਇਲਮ ਨੇ ਸਾਨੂੰ ਇਹਨਾਂ ਨੂੰ ਵੇਖ ਕੇ ਰਿਸ਼ਕ ਆ ਰਿਹਾ ਕਿ ਅੱਲਾ ਪਾਕ ਨੇ ਇਹਨਾਂ ਨੂੰ ਕਿੰਨਾ ਇਲਮ ਦਿੱਤਾ ਹੈ ਇਹਦਾ ਨਾਂ ਰਿਸ਼ਕ ਹੈ ਨਹੀਂ ਨਹੀਂ ਅੱਲਾ ਪਾਕ ਨੇ ਇਹਨਾਂ ਨੂੰ ਬੜਾ ਨਵਾਜ਼ਿਆ ਇਸ ਫਨ ਨਾਲ ਪੰਜਾਬੀ ਜ਼ਬਾਨ ਚ ਦੱਸੋ ਨਾ ਢਿੱਡ ਫੜ ਲੈਣਾ ਯਾਰ ਉਹਦਾ ਵੱਡਾ ਢਿੱਡ ਮਿਲੇ ਜਜ਼ਬਾਤ ਦਰਅਸਲ ਦੋ ਜਜ਼ਬੋ ਅਗਰ ਇਹਨਾਂ ਨੂੰ ਨਾ ਕਰਦੇ ਇਹਨਾਂ ਸੌ ਜਾਣੇ ਸਾਰੇ ਅਗਲੇ ਅਲਫਾਜ਼ ਬੜੇ ਡਾਢੇ ਨੇ ਜੈਸੇ ਸ਼ਰਮਿੰਦਗੀ ਖੌਫ ਔਰ ਗੁੱਸੇ ਸੇ ਮੁਰੱਕਬ ਹੈ ਕਿਹਦੇ ਤੋਂ ਕਿਹਦੇ ਤੋਂ ਮੁਰੱਕਬ ਹੈ ਲਫ਼ਜ਼ ਯਾਦ ਕਰ ਲਓ ਖੌਫ ਔਰ ਗੁੱਸੇ ਸੇ ਇਹ ਮਿਲੇ ਜੁਲੇ ਜੁਲੇ ਜਜ਼ਬਾਤ ਦਰਅਸਲ ਦੋ ਜਜ਼ਬੋ ਸੇ ਮੁਰੱਕਬ ਹੈ ਇੱਕ ਜਜ਼ਬੇ ਦੀ ਗੱਲ ਕਰ ਲੱਗੇ ਨੇ ਜੈਸੇ ਸ਼ਰਮਿੰਦਗੀ ਖੌਫ ਔਰ ਗੁੱਸੇ ਸੇ ਮੁਰੱਕਬ ਹੈ ਇਸ ਲਈ ਖੌਫ ਹਾਂਜੀ ਸ਼ਰਮਿੰਦਗੀ ਖੌਫ ਔਰ ਗੁੱਸੇ ਸੇ ਮੁਰੱਕਬ ਹੈ ਅਸਲ ਗੱਲ ਸ਼ਰਮਿੰਦਗੀ ਆਪਣੇ ਆਪ ਤੇ ਗੁੱਸਾ ਚੜਦਾ ਤੇ ਲੋਕਾਂ ਕੋਲ ਵੀ ਡਰਦਾ ਹੁਣ ਕਰਦਾ ਲੋਕਾਂ ਕੋਲ ਵੀ ਡਰਦਾ ਕਿ ਆਪਣੇ ਆਪ ਤੇ ਗੁੱਸਾ ਕਰਦਾ ਤੇ ਮੈਂ ਕਿਉਂ ਕਰ ਬੈਠਾ ਇਹ ਅਸਲ ਦਾ ਲੋਕ ਵੀ ਸ਼ਰਮਿੰਦਾ ਕਰ ਹਾਂ ਨਾ ਖੋਤੇ ਤੇ ਬਹਿ ਜਾ ਜੇ ਖੌਫ ਗਾਲਬ ਆ ਗਿਆ ਤੇ ਖੋਤੇ ਤੇ ਬਹਿ ਗਿਆ ਹਾਂ ਨਾ ਤੇ ਜੇ ਉਹ ਗੁੱਸਾ ਗਾਲਬ ਆ ਗਿਆ ਤੇ ਆਪਣੇ ਆਪ ਨੂੰ ਕੋਈ ਸ਼ੈ ਮਾਰ ਲੈ ਬਿਲਕੁਲ ਇਸੇ ਤਰ੍ਹਾਂ ਇਹਦੀ ਇੱਕ ਵਾਲਾ ਮਿਸਾਲ ਕੀ ਪਤਾ ਨਹੀਂ ਕਿੰਨੇ ਇਹਦੇ ਪੋਸਟ ਕੱਲੀ ਹੈ
ਮੈਂ ਪੜ੍ਹਨ ਡਿਆ ਸਾਂ, ਕਹਿੰਦਾ ਹੋਟਲ ਦੇ ਵਿੱਚ ਇੱਕ ਬੰਦਾ ਬੜਾ ਅਪ ਟੂ ਡੇਟ ਹੁੰਦਾ ਹੈ ਅਤੇ ਉਹ ਬਹਿ ਕੇ ਨਾ ਅਤੇ ਉੱਥੇ ਜਾ ਕੇ ਉਹਨਾਂ ਨੂੰ ਆਰਡਰ ਲੈਂਦਾ, ਉਹ ਗੋਸ਼ਤ ਦਿੰਦੇ ਨੇ, ਗੋਸ਼ਤ ਦਾ ਆਰਡਰ ਲਵਾਉਂਦਾ ਅਤੇ ਗੋਸ਼ਤ ਦਾ ਆਰਡਰ ਲਵਾ ਕੇ ਨਾ ਤੂੰ ਗੋਸ਼ਤ ਖਾਣ ਲੱਗਦਾ ਅਤੇ ਵਿੱਚ ਚੂਹੇ ਦੀ ਇੱਕ ਲੱਤ ਨਿਕਲ ਆਉਂਦੀ। ਉਹ ਬੰਦਾ ਹੁਣ ਰੌਲਾ ਪਾ ਦਿੰਦਾ ਤੁਹਾਡੀ ਭੈਣ ਨੂੰ, ਚੂਹੇ ਲੋਕਾਂ ਨੂੰ ਪਕਾ ਪਕਾ ਕੇ ਖਵਾਉਂਦੇ। ਉਹ ਅੰਦਰੋਂ ਬਹਿਰਾ ਭੱਜਦਾ, ਬਹਿਰਾ ਜਿਹੜਾ ਨਾ ਉਹ ਵੀ ਸ਼ਰਮਿੰਦਾ ਹੁੰਦਾ ਹੈ, ਅਤੇ ਜਿਹੜਾ ਮਾਲਕ ਹੁੰਦਾ ਨਾ ਮੈਨੇਜਰ ਹੁੰਦਾ ਜਿਹੜਾ, ਉਹ ਫਟਾਫਟ ਆਉਂਦਾ ਅਤੇ ਉਹ ਲੱਤ ਫੜ ਕੇ ਖਾ ਜਾਂਦਾ। ਹੁਣ ਉਹਦਾ ਮੂੰਹ ਭੱਜ ਜਾਂਦਾ, ਹੁਣ ਉਹਦੇ ਕੋਲ ਸਬੂਤ ਕੋਲ ਨਹੀਂ ਬਾਕੀ ਨਹੀਂ। ਕੁਛ ਲੋਕ ਇਸ ਤਰ੍ਹਾਂ ਵੀ ਹੁੰਦੇ ਨੇ, ਇੰਨੇ ਆਪਣੇ ਆਪ ਨੂੰ, ਹੁਣ ਉਹਦੇ ਕੋਲ ਦਲੀਲ ਕੋਈ ਨਹੀਂ। ਯਾਨੀ ਕਿ ਸ਼ਰਮਿੰਦਗੀ ਤੋਂ ਬਚਣ ਵਾਸਤੇ। ਹਾਂਜੀ, ਹੁਣ ਕੀ ਕੀਤਾ ਸ਼ਰਮਿੰਦਗੀ ਤੋਂ ਬਚਣ ਵਾਸਤੇ? ਹਾਂ, ਅਗਰ ਅਗਰ ਜਿਸ ਤਰ੍ਹਾਂ ਗੱਲ ਪੇ ਕਰਦੇ ਨੇ ਨਾ, ਉਸ ਸ਼ਰਮਿੰਦਗੀ ਤੋਂ ਬਚਣ ਵਾਸਤੇ ਜੇ ਖੌਫ ਖਾ ਗਿਆ ਤੇ ਫਿਰ ਖੋਤੀ ਤੇ ਬਹਿਣਾ ਪੈਣਾ। ਉਹਨੇ ਕਿਹਾ ਤੇ ਜੇ ਕਿ ਨਹੀਂ, ਉਹਨੇ ਕਿਹਾ ਮੈਂ ਇੰਜ ਕੀਤਾ ਹੀ ਨਹੀਂ ਤੇ ਮੈਂ ਮੰਨਦਾ ਹੀ ਨਹੀਂ ਤੇ ਫਿਰ ਉਹ ਖਾ ਜਾਏਗਾ। ਫਿਰ ਸਮਝੋ ਕਿ ਉਹਨੇ ਨਾ ਆਪਣੇ ਆਪ ਨਾਲ ਇੰਜ ਆਪਣੇ ਆਪ ਨੂੰ ਚਲਾਕੀ ਚਾਰੀ। ਕੁਛ ਲੋਕ ਆਪਣੇ ਆਪ ਨੂੰ ਬਚਾ ਜਾਂਦੇ ਨੇ ਤੇ ਕੁਝ ਆਪਣੀ ਨੁਕਸਾਨ ਕਰ ਲੈਂਦੇ ਨੇ ਆਪਣਾ। ਨੁਕਸਾਨ ਕੀ ਕਰਦੇ ਨੇ? ਪੂਰੀ ਜ਼ਿੰਦਗੀ ਵਾਸਤੇ ਸਿਰ ਨਹੀਂ ਚੁੱਕ ਸਕਦੇ ਲੋਕ, ਉਹਦੇ ਵੱਲ ਇਸ ਤਰ੍ਹਾਂ ਕਰਕੇ ਉਂਗਲੀ ਉਠਾਉਂਦੇ ਨੇ। ਇਹ ਵੀ ਦਿਨ 'ਚ ਰੱਖਣਾ, ਇਸ ਬੰਦੇ ਦਾ ਇਲਾਜ ਕੀ ਕਰਨਾ, ਅਤੇ ਜਿਹੜਾ ਚਲਾਕ ਹੁਸ਼ਿਆਰ ਹੈ ਉਹਦਾ ਇਲਾਜ ਕੀ ਕਰਨਾ? ਇਹ ਸਾਡਾ ਇਲਾਜ ਮੁਆਲਜੇ ਦਾ ਹਿੱਸਾ ਹੈ। ਹੁਣ ਸੌਣ ਵਾਲੀਆਂ ਗੱਲਾਂ ਨੇ ਬੜੀਆਂ ਬਿਹਤਰੀਨ। ਲਿਓਲੇ ਲਾਲ ਢੂਆ ਲਾਲ, ਠੀਕ ਹੈ ਜੀ, ਚਲੋ ਹਾਂਜੀ ਅੱਗੇ। اس لیے خوف کی حالت میں نفس یک بارگی اندر کی طرف رجوع کرتا ہے اور غصے میں یک بارگی باہر کی طرف، یعنی اس شخص کو جیسے شرمندگی ہوتی ہے اسے بیک وقت خوف کے ساتھ غصہ بھی آتا رہتا ہے۔ صوفی صاحب، یہ غصہ دراصل خوف کے جذبے کو دور کرنے کی جدوجہد ہوتی ہے۔ حاشیہ یہ بیان دو، کوئی مسئلہ نہیں، ਕੋਈ ਮਸਲਾ ਨਹੀਂ, ਉਹ ਤੂੰ ਪੜ੍ਹ ਦੋ, ਮੈਨੂੰ ਮੁਕੰਮਲ ਕਰ ਥੋੜ੍ਹਾ ਜਿਹਾ, ਮੈਂ ਤੈਨੂੰ ਦੱਸ। ਇਹ ਗੁੱਸਾ ਦਰਅਸਲ ਖੌਫ ਕੇ ਜਜ਼ਬੇ ਕੋ ਦੂਰ ਕਰਨੇ ਕੀ ਜਿੱਦੋ ਜਹਦ ਹੋਤੀ ਹੈ ਯਾ ਰਦੇ ਅਮਲ ਹੋਤਾ ਹੈ। ਐਸੇ ਹੀ ਲੱਜ਼ਤ ਵੀ ਮੁਸਰਤ ਔਰ ਗਮ ਸੇ ਮੁਰੱਕਬ ਹੈ। ਇਨ ਕੀ ਹਕੀਕਤ ਯੇ ਹੈ ਕਿ ਖੁਸ਼ੀ ਔਰ ਗੁੱਸਾ ਕੀ ਹਾਲਤ ਮੇਂ ਕਲਬ ਪਰ ਐਸਾ ਅਸਰ ਪੜਤਾ ਹੈ ਜਿਸ ਸੇ ਇਸ ਕੀ ਹਰਕਤ ਤੇਜ਼ ਹੋ ਜਾਤੀ ਹੈ ਔਰ ਖੂਨ ਜ਼ਿਆਦਾ ਮਿਕਦਾਰ ਮੇਂ ਸ਼ਰਿਆਨੋ ਕੀ ਤਰਫ ਰਵਾਨਾ ਹੋ ਜਾਤਾ ਹੈ ਔਰ ਤਮਾਮ ਅਜ਼ਾ ਮੇਂ ਜ਼ਿਆਦਾ ਪਹੁੰਚਦਾ ਹੈ। ਇਸ ਲਈ ਬੈਰੂਨੀ ਅਜ਼ਾ ਮੇਂ ਖੂਨ ਕੀ ਗਰਮੀ ਜੋਸ਼ ਮਲੂਮ ਹੋਤਾ ਹੈ। ਇਸ ਕੇ ਬਰਕਸ ਖੌਫ ਔਰ ਗਮ ਕੀ ਹਾਲਤ ਮੇਂ ਕਲਬ ਪਰ ਅਸਰ ਐਸਾ ਪੜਤਾ ਹੈ ਕਿ ਇਸ ਕੀ ਹਰਕਤ ਸੁਸਤ ਹੋਣੀ ਸ਼ੁਰੂ ਹੋ ਜਾਤੀ ਹੈ ਔਰ ਖੂਨ ਬੈਰੂਨੀ ਜਿਸਮ ਕੀ ਤਰਫ ਮਿਕਦਾਰ ਮੇਂ ਕਮ ਹੋਣਾ ਸ਼ੁਰੂ ਹੋ ਜਾਤਾ ਹੈ ਔਰ ਇਸੀ ਵਜ੍ਹਾ ਸੇ ਤਮਾਮ ਅਜ਼ਾ ਮੇਂ ਕਮ ਪਹੁੰਚਦਾ ਹੈ ਜਿਸ ਸੇ ਜਿਸਮ ਠੰਡਾ ਔਰ ਸੁਸਤ ਹੋ ਜਾਤਾ ਹੈ। ਹੱਥ ਲਾਇਆ ਪਤਾ ਕਰਾਂਗੇ, ਉਹ ਤੈਨੂੰ ਤਰੇੜੀ ਆ ਗਈ, ਕੀ ਹੋਇਆ ਤੈਨੂੰ ਖੌਫ ਨਾਲ ਹੈ ਨਾ? ਹਾਂ, ਤਾਂ ਕੀ ਹੁੰਦਾ ਪਸੀਨਾ ਉਹ
ਲੇਸਦਾਰ ਪਸੀਨਾ ਨਹੀਂ ਹੁੰਦਾ, ਠੰਡਾ ਪਸੀਨਾ ਹੁੰਦਾ, ਪਾਣੀ ਵਰਗਾ, ਠੰਡੀਆਂ ਤਰੇਲੀਆਂ, ਹਾਂ ਪਾਣੀ ਵਰਗਾ ਪਸੀਨਾ ਹੁੰਦਾ, ਠੀਕ ਹੈ। ਅਕਸਰੀਅਤ ਨਾਲ, ਅਕਸਰੀਅਤ ਨਾਲ ਔਰਤਾਂ ਆ ਕੇ ਆਖਣਗੀਆਂ, ਆਖਣਗੀਆਂ ਕਦੀ ਠੰਡੀ ਤਰੇਲੀ ਆਉਂਦੀ, ਕਦੀ ਗਰਮ ਤਰੇਲੀ ਆਉਂਦੀ। ਐਸਾ ਕਿਉਂ ਹੁੰਦਾ? ਖੌਫ ਹੁੰਦਾ ਆਪਣੀ ਇੱਜ਼ਤ ਕੇ ਜਾਨੇ ਕਾ ਖੌਫ। ਸਾਰਾ ਦਿਨ ਵਿਹਲੀਆਂ ਬਹਿ ਕੇ ਗੱਪਾਂ ਲਾਣਗੀਆਂ ਅਤੇ ਸ਼ਾਮ ਨੂੰ ਆਖਣਗੀਆਂ ਫਟਾਫਟ ਕਰੋ ਰੋਟੀ ਪਕਾ ਲਓ, ਬੰਦਾ ਤਾਂ ਮੇਰਾ ਘਰ ਆਉਣ ਵਾਲਾ, ਅਤੇ ਜੇ ਕੰਮ ਚੱਜ ਨਾਲ ਨਾ ਕੀਤਾ ਤਾਂ ਫਿਰ ਭਾਂਡੇ ਵੀ ਸਹੀ ਨਾ ਪੱਕੀ, ਤਾਂ ਫਿਰ ਕੁੱਤਿਆਂ ਕੁੱਤਿਆਂ ਹੋਣੀ ਹੈ ਕਿ ਨਹੀਂ ਹੋਣੀ? ਹੈਂ, ਇਹ ਜਿਹੜੀ ਸ਼ਰਮਿੰਦਗੀ ਹੋਣੀ ਹੈ ਨਾ ਇਹ ਤੋਂ ਬਚਣ ਵਾਸਤੇ, ਇਹਦੇ ਨਾਲ ਵੀ ਇੰਜ ਹੁੰਦਾ ਆ ਵੀ ਧਿਆਨ ਰੱਖਣਾ। ਮੁਆਸ਼ਰੇ 'ਚ ਰਹਿੰਦਿਆਂ, ਆਪਣੇ ਘਰ 'ਚ ਰਹਿੰਦਿਆਂ, ਚਾਰ ਜੀ ਰਹਿੰਦੇ ਹੋਣ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਫਲਾਣੇ ਦੇ ਜਜ਼ਬਾਤ ਕਹਿੰਦੇ ਨੇ, ਠੀਕ ਹੈ। ਪਰਦਾ ਪਰਦਾਪੋਸ਼ੀ ਕਰਦਾ ਜਾਂ ਉਭਾਰਦਾ ਜਾਂ ਕੁੱਤਿਆ ਕੁੱਤਿਆ ਕਰਦਾ, ਬਹੁਤ ਜ਼ਿਆਦਾ ਫਰਕ ਹੈਗਾ। ਇਹੀ ਸ਼ਰਮਿੰਦਗੀ, ਗੁੱਸੇ ਦਾ ਖੌਫ ਤਾਂ ਮੁਰੱਕਬ ਹੈ। ਕਿਸ ਤਰ੍ਹਾਂ ਇਹ 'ਚ ਹੁੰਦਾ? ਦਿਲ ਖੌਫ 'ਚ ਆ ਜਾਏ, ਖੌਫ ਆ ਜਾਏ ਅਤੇ ਦਿਲ ਤਸਕੀਨ ਦੀ ਹਾਲਤ 'ਚ ਚਲਾ ਜਾਏਗਾ, ਗੁੱਸਾ ਆ ਜਾਏ ਦਿਲ ਤਹਿਲੀਲ ਦੀ ਹਾਲਤ 'ਚ ਚਲਾ ਜਾਏਗਾ। ਇਹੀ ਜਜ਼ਬਾਤ ਨੇ, ਇਹਨਾਂ ਨੂੰ ਇਸੇ ਤਹਿਰੀਕ ਤਹਿਰੀਰ ਤਸਕੀਰ ਨਾਲ ਜੋੜਾਂਗੇ, ਬੜੇ ਹੀ ਕਾਮਯਾਬੀ ਨਾਲ ਇਲਾਜ ਕਰ ਲਾਂਗੇ ਜੀ। ਮਜਲੂਕ, ਉਹਨੂੰ ਗੁੱਸਾ ਘਰ ਕਿਉਂ ਬਹੁਤਾ ਚੜ੍ਹਦਾ? ਬਾਹਰ ਨਹੀਂ ਉਹਨੂੰ ਚੜ੍ਹਦਾ, ਬਾਹਰ ਤੋਂ ਖੌਫ ਖਾਂਦਾ ਹੁੰਦਾ, ਲੋਕਾਂ ਦੇ ਸਾਹਮਣੇ ਨਹੀਂ, ਅੱਖਾਂ 'ਚ ਚੁੱਕ ਕੇ ਵੇਂਦਾ, ਇੰਝ ਕਰਕੇ ਨਹੀਂ ਵੇਂਦਾ, ਕਿਉਂ? ਅੱਜ ਕੱਲ੍ਹ ਦੇ ਤਾਂ ਮਜਲੂਕ ਸਾਡੀ ਖਰਾਬ ਹੀ ਹੋ ਪਏ ਨੇ ਅਸਲ ਦੇ ਵਿੱਚ, ਕਰਦੇ ਨੇ ਤੇ ਪਾਈ ਸੀ ਤੇ 12 ਸਾਲ ਮੁੱਟ ਮਾਰ ਕੇ ਸਿਰਫ ਤੇਰੇ ਸਾਹਮਣੇ ਔਰਤ ਕੋ ਖੌਫ ਕਿਉਂ ਖਾਂਦੇ ਨੇ? ਘਰ ਗੁੱਸਾ ਕਿਉਂ ਚੜ੍ਹਦਾ? ਬੜਾ ਡਿਫਰੈਂਸ, ਗੱਲ ਬਹੁਤ ਫਰਕ। ਬਾਹਰ ਬੜੇ ਸ਼ਰੀਫ ਬੱਚੇ, ਇੰਜ ਕਰਕੇ ਕੋਈ ਲੋਕੀ ਮਿਸਾਲਾਂ ਦੇਣਗੇ, ਫਲਾਣੇ ਦਾ ਪੁੱਤਰ ਤਾਂ ਬੜਾ ਨਿੱਘਾ, ਕਿਉਂ ਬਾਬਾ ਜੀ? ਹੈਂ, ਤੇ ਘਰਦਿਆਂ ਨੂੰ ਪਤਾ ਹੁੰਦਾ ਕਿ ਸਾਡੇ ਨਾਲ ਕੀ ਕਰਦਾ। ਮੈਂ ਮਰੀਜ਼ ਇਸਦਾ ਇੱਕ ਇਲਾਜ ਕੀਤਾ, ਮੈਂ ਤੁਹਾਨੂੰ ਵਾਜੇ ਉਹਦਾ ਇਲਾਜ ਦੱਸਣਾ, ਮੈਂ ਇਸ ਮਿਸਾਲ ਨੂੰ ਵਾਜੇ ਕਰਨਾ। ਮਰੀਜ਼ ਇੱਕ ਮੇਰੇ ਕੋਲ, ਉਹਨਾਂ ਦਾ ਪਿਓ ਇੰਤਹਾਈ ਪਰੇਸ਼ਾਨ, ਯਾਰ ਇਹ ਮੇਰਾ ਪੁੱਤਰ ਮੈਨੂੰ ਰੋਜ਼ ਦਿਹਾੜੀ ਭਰ ਰਿਹਾ, ਬਾਜ਼ਾਰ ਦੁਕਾਨ 'ਤੇ ਜਦੋਂ ਜਾਂਦਾ ਮੇਰੀ ਬਿਸਤੀ ਕਰਦਾ, ਘਰ ਸਾਨੂੰ ਜੀਣ ਨਹੀਂ ਦਿੰਦਾ, ਮਾਂ ਨੂੰ ਕੁੱਟਣ ਲੱਗ ਪੈਂਦਾ, ਕੀ ਕਰਦਾ? ਇਹਨੇ ਕੱਲ੍ਹ ਐਲ ਸੀ ਡੀ ਭੰਨ ਛੱਡੀ ਹੈ 30,000 ਰੁਪਏ ਦੀ, ਦੜਲ ਥੱਲੇ ਏ ਸੀ ਦਾ ਜਿਹੜਾ ਆਊਟਡੋਰ ਹੈ ਉਹ ਭਰਾ ਛੱਤ 'ਤੇ ਗਿਆ, ਲਾਈਟ ਗਈ ਹੈ, ਉਹਨੇ ਕਿਹਾ ਇਹਨੇ ਭੈਣ ਚੋਦ ਨੇ ਏਸੀ ਨੇ ਕਦੀ ਕੰਮ ਨਹੀਂ ਕਰਨਾ, ਇਹਨੂੰ ਸੁੱਟੋ ਮੇਰੇ ਸਾਹਮਣੇ ਨੂੰ ਲਾ ਕੇ ਸੁੱਟ, ਉਹਨੇ ਵਾਟੇ ਕੁੱਤੋਂ ਥੱਲੇ ਸੜ ਦਿੱਤਾ। ਇਸ ਤਰ੍ਹਾਂ ਉਹਨੇ ਵੱਡੇ ਵੱਡੇ ਨੁਕਸਾਨ ਕਰੇ। ਹੁਣ ਉਹਦਾ ਪਿਓ ਉਹਨੂੰ ਵਰਗਲਾ ਕੇ ਨਾ ਇੱਕ ਵਾਰੀ ਮੇਰੇ ਕੋਲ ਲੈ ਆਉਂਦਾ, ਅੱਜ ਮੈਂ ਉਹਨੂੰ ਮੈਂ ਗੱਲ ਸੁਣਨਾ। ਉਹਨੇ ਕਿਹਾ ਇਹਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਤੂੰ ਕੀ ਕਰਨਾ, ਤੁਸੀਂ ਇਹਨੂੰ ਕਰਨਾ ਸਹੀ, ਤੁਹਾਡੀ ਮਿਹਰਬਾਨੀ, ਅਸੀਂ ਬੜੇ ਤੰਗ, ਅਸੀਂ ਇਹਨੂੰ ਹਸਪਤਾਲਾਂ 'ਚ ਦਾਖਲ ਕਰਾਇਆ, ਕੋਈ ਨਹੀਂ ਸਹੀ ਹੋਇਆ, ਲੇਕਿਨ ਅੱਜ ਉਸ ਪਿਓ ਦੇ ਬਿਹਤਰੀਨ ਅਲਫਾਜ਼ ਸਨ। ਮੈਂ ਤੁਹਾਨੂੰ ਬੜੀ ਮਜ਼ੇਦਾਰ ਗੱਲ ਸੁਣਾਉਂਦਾ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਤੂੰ ਗੱਲ ਸੁਣ, ਤੇਰੀ ਉਮਰ ਕਿੰਨੀ? ਆਉਂਦਾ 24 ਸਾਲ।
ਮੈਂ ਇਹਤਲਾਮ ਕਿੰਨੇ ਦਿਨਾਂ ਬੰਦ ਹੁੰਦਾ? ਬੰਦਾ ਕਦੀ ਹੋਇਆ ਹੀ ਨਹੀਂ। ਮੈਂ ਫਿਰ ਤੂੰ ਮਣੀ ਆਤਰਾ ਕਿਉਂ ਗੋਤੀ ਕਰ ਛੱਡਣਾ? ਇੱਥੋਂ ਤੱਕ ਪੀਕ ਲੈਵਲ ਦਾ ਮਜਲੂਕ ਉਹ ਬੰਦਾ, ਉਹਨੂੰ ਨਹੀਂ ਪਤਾ ਕਿ ਮੇਰੇ ਘਰ ਪ੍ਰਾਹੁਣੇ ਆਏ ਨੇ, ਮੇਰੀ ਭੈਣ ਬੈਠੀ, ਮੇਰੀ ਮਾਂ ਬੈਠੀ, ਉਹ ਬੜੇ ਆਰਾਮ ਨਾਲ ਉਹਨਾਂ ਦੇ ਸਾਹਮਣੇ ਬਹਿ ਕੇ ਮਣੀ ਕੱਢਦਾ। ਇਹ ਕੇਸ ਤੁਸਾਂ ਨਹੀਂ ਡੀਲ ਕੀਤਾ, ਮੈਂ ਡੀਲ ਕੀਤਾ। ਕਿਸ ਲੈਵਲ ਦਾ? ਇੰਤਹਾਈ ਬੇਬਾਕ ਹੋ ਗਿਆ, ਹੁਣ ਉਹਨੂੰ ਪਰਵਾਹ ਕੋਈ ਨਹੀਂ। ਸ਼ਰਾਫਤ ਹੈ, ਉਹਨਾਂ ਨੂੰ ਪੈਸੇ ਯਾਰਾਂ ਨੂੰ ਖਵਾਏਗਾ, ਉਹਨਾਂ ਨੂੰ ਚੀਜ਼ਾਂ ਲੈ ਕੇ ਦੇਗਾ, ਉਹਨਾਂ ਨੂੰ ਤੇ ਘਰਦਿਆਂ ਕੋਲ ਖੋਹ ਖਿੰਚ ਕੇ ਲੈ ਜਾਏਗਾ। ਬੜਾ ਫਰਕ ਹੈ, ਬਹੁਤ ਜ਼ਿਆਦਾ ਡਿਫਰੈਂਸ ਇਸ ਗੱਲ ਵਿੱਚ। ਕੀ ਹੋਇਆ? ਮੈਂ ਉਹਨੂੰ ਉਸੇ ਸਫੂਬ ਮੁਕਵੀ ਹਿਸਾਬ ਨਾਲ ਹੀ ਉਹਦਾ ਇਲਾਜ ਕੀਤਾ। ਇੱਕ ਨੰਬਰ ਉਹਨੂੰ ਮੈਂ ਕੀਤਾ, ਉਹਦਾ ਖੌਫ, ਇੰਤਹਾਈ ਖੌਫ ਮੱਦੇਨਜ਼ਰ ਰੱਖਿਆ। ਉਹ ਖੌਫ ਉਹਨੂੰ ਕਿਉਂ ਆਇਆ? ਮੈਂ ਯਾਰ ਤੈਨੂੰ ਪਹਿਲੇ ਤੂੰ ਖੁਫੀਆ ਕਰਦਾ ਹੈ, ਹੁਣ ਤੂੰ ਸਰੇਆ ਮਨੀ ਦਾ ਖਰਾਜ ਕਰਨਾ। ਆਂਦਾ ਮੈਂ ਚੇੜ ਨਾਲ ਕਰਨਾ, ਜ਼ਿਆਦਾ ਨਾ ਕਰਨਾ, ਜ਼ਿੱਦ ਨਾਲ ਕਰਨਾ। ਪਹਿਲੇ ਖੌਫ ਨਾਲ ਕੀ ਹੋਇਆ? ਉਹਨਾਂ ਨੇ ਘਰਦਿਆਂ ਨੂੰ ਫੜ ਲਿਆ, ਹਾਲਤ ਨਹੀਂ ਬਦਲੀ, ਜ਼ਿਹਨ ਚ ਰੱਖਣਾ। ਉਸ ਗੁੱਸੇ ਨਾਲ ਸਾਰਿਆਂ ਦੇ ਸਾਹਮਣੇ ਮੈਂ ਕਰਦਾ ਜੇ, ਫਿਰ ਜਾਓ, ਫਿਰ ਮੈਂ ਕਰਦਾ ਜੇ, ਫਿਰ ਮੈਂ ਉਹਦੀ ਸਭ ਤੋਂ ਪੀਕ ਲੈਵਲ ਦੀ ਗੱਲ, ਜਾਓ ਮੈਂ ਕਰਦਾ ਜੇ, ਫਿਰ ਕਰ ਲਓ ਜੋ ਹੁੰਦਾ ਜੇ। ਜ਼ਿੱਦ ਹੋ ਗਈ, ਇਹ ਵੀ ਹਾਲਤ ਆਉਂਦੀ ਗਈ ਯਾਰ, ਇਹ ਵੀ ਧਿਆਨ ਰੱਖੇ, ਕਦੀ ਕਦੀ ਕੰਮ ਆਏਗੀ ਗੱਲ, ਬੜੀ ਟੈਕਨੀਕਲ ਗੱਲ ਜੇ। ਅੱਛਾ, ਜਿਹੜਾ ਸੀ ਉਹਨੂੰ ਮੁਕੰਮਲ ਸਾਹ ਮੈਡੀਸਨ ਦਿੱਤੀ ਹੈ? ਹਾਂ, ਇੱਕ ਨੰਬਰ ਚੱਲਦਾ, ਇੱਕ ਨੰਬਰ ਚੱਲ। ਹੁਣ ਉਹਨੇ ਔਰ ਜਿਹੜੀ ਅੜੀਆ ਲੈ ਨਾ ਗੱਲ, ਉਹ ਖਤਮ ਹੋ ਜਾਣੀ, ਖਤਮ। ਬਲਕਿ ਹਕੀਮ ਅਬਦੁਲ ਕਰੀਮ ਰਹਿਮਤੁਲਾਹ ਅਲੈਹ ਫਰਮਾਇਆ, ਸਨ ਆਏ ਸਨ ਨਬਜ਼ ਭਾਵੇਂ ਜਿਹੜੀ ਮਰਜ਼ੀ ਹੋ ਗਈ, ਉਹਨੂੰ ਇੱਕ ਨੰਬਰ ਕਰ। ਕੀ ਹੋਇਆ? ਅੱਜ ਉਹਦਾ ਪਿਓ ਕੀ ਆਉਂਦਾ, ਆਉਂਦਾ ਕਿ ਯਾਰ ਇਹਦੇ 'ਚ ਨਾ ਇਹਨੇ ਪੂਰਾ ਹਫ਼ਤਾ ਕੋਈ ਗੁੱਸਾ ਹੀ ਨਹੀਂ ਕੀਤਾ। ਮੈਂ ਕਿਹਾ ਬੜੀ ਗੱਲ ਹੈ ਯਾਰ, ਅੱਲਾਹ ਦਾ ਸਾਹਿਬ ਅਲਹਮਦੁਲਿਲਾਹ। ਇੱਕ ਨੰਬਰ ਦਵਾਈ, ਇੱਕ ਨੰਬਰ ਖਾਣ ਪੀਣ, ਨਾਰੀਅਲ, ਜੌਂ ਦਾ ਦਲੀਆ, ਉਬਲੇ ਚਾਵਲ, ਦੁੱਧ, ਸ਼ੱਕਰ, ਇਹ ਹੁਣ ਮੈਂ ਖਾਣਾ ਛੁੱਟ ਦੇਤਾ। ਦੋ ਹਫ਼ਤੇ ਦਾ ਰਿਜ਼ਲਟ ਸੁਣੋ, ਦੋ ਹਫ਼ਤੇ ਬਾਅਦ ਉਹਨੇ ਕਿਹਾ ਹੁਣ ਇਹਨੂੰ ਨਹੀਂ ਗੁੱਸਾ ਚੜਿਆ। ਯਾਨੀ ਕਿ ਕਿਹੜਾ ਜਜ਼ਬਾ ਨੂੰ ਪ੍ਰਮੋਟ ਕੀਤਾ? ਖੌਫ ਨੂੰ। ਅੱਛਾ, ਲੱਜ਼ਤ 'ਚ, ਲੱਜ਼ਤ 'ਚ ਤਬਦੀਲ ਕਰਨਾ, ਉਹਨੂੰ ਅਹਿਸਾਸ ਜਗਾਉਣਾ, ਉਹਨੂੰ ਅਹਿਸਾਸ ਪੈਦਾ ਕਰਨਾ। ਲੱਜ਼ਤ ਨੂੰ ਤੁਸੀਂ ਉਸ ਮਾਮਲੇ 'ਚ ਨਹੀਂ ਲੈਣਾ, ਲੱਜ਼ਤ ਆਉਂਦੀ ਹੈ ਆਪਣੇ ਬੱਚੇ ਪਾਲਣ 'ਚ, ਆਪਣੇ ਘਰਦਿਆਂ ਨੂੰ ਖਵਾਉਣ 'ਚ, ਰਿਸ਼ਤੇਦਾਰਾਂ ਨੂੰ ਖਵਾਉਣ 'ਚ। ਬਾਹਰ ਉਜਾੜਨ 'ਚ ਵੀ ਲੱਜ਼ਤ ਹੈ, ਜਾਨਵਰ ਪਾਲਣ 'ਚ ਵੀ ਲੱਜ਼ਤ ਹੈ, ਕੁੱਤੇ ਪਾਲਣ 'ਚ ਵੀ ਲੱਜ਼ਤ ਹੈ, ਕੁੱਕੜ ਪਾਲਣ 'ਚ ਵੀ ਲੱਜ਼ਤ ਹੈ। ਫਰਕ ਹੈ, ਗੱਲ ਨੂੰ ਤੁਸੀਂ ਸਮਝ ਲਓ, ਤੁਸੀਂ ਮਵਾ ਲਓ ਜੋ, ਲੇਕਿਨ ਇੱਥੇ ਜਜ਼ਬਾ ਕੰਮ ਕਰ ਰਿਹਾ ਹੁੰਦਾ ਜੇ। ਮੈਂ ਨਾ ਇਸ ਜਜ਼ਬੇ ਦੇ ਤਹਿਤ ਤੁਹਾਨੂੰ ਗੱਲਾਂ ਸੁਣਾਈਆਂ ਹਨ ਜ਼ੁਬਾਨ ਦੇ ਮੌਜੂਦ ਦੇ ਉੱਤੇ, ਜੇ ਕਿਸੇ ਨੇ ਸੁਣਿਆ ਹੋਈਆਂ, ਬੜੀ ਕੀਮਤੀ ਗੁਰਸੋ।
ਇੱਕ ਬੰਦੇ ਨੇ ਨਾ ਲਿਖਿਆ ਹੋਇਆ ਚੈਪਟਰ ਸੈਂਡ ਕੀਤਾ ਹੈਂਜੀ ਗਰੁੱਪ ਦੇ ਵਿੱਚ। ਹਾਂ ਬੜੇ ਸਾਥੀ ਨੇ ਜਿਨ੍ਹਾਂ ਨੇ ਲੈਕਚਰ ਸਾਰੇ ਲਿਖ ਲਏ ਨੇ ਐਸੇ ਕੇਸ ਵੇਖੇ ਨੇ ਜੀ, ਉਹਨਾਂ ਦਾ ਲਾਜਵਾਨ ਜਿਹਾ ਕਰਕੇ ਵੇਖਿਆ। ਇੱਕ ਮੇਰੇ ਕੋਲ ਮਰੀਜ਼ ਆਉਂਦੀ ਪੀ ਡਸ ਕੇ ਤੋਂ, ਮੈਂ ਤੁਹਾਨੂੰ ਐਸੇ ਖੌਫ ਗੁੱਸੇ ਦੇ ਨਾਲ ਤੁਹਾਡੀ ਤੋਂ ਗੁਫਤਗੂ ਕਰਨ ਦਾ ਮਕਸਦ ਆਪਣੇ ਮੌਜੂ ਤੋਂ ਨਹੀਂ ਹਟਦੇ ਸੀ। ਜਜ਼ਬਾਤ ਨੂੰ ਲੋਕਾਂ ਦੇ ਵਿੱਚੋਂ ਜੱਜ ਕਰਨਾ ਸਿੱਖੋ। ਇੱਕ ਬੇਟੀ ਨੂੰ ਲੈ ਕੇ ਆਉਂਦੀ ਹੈ, ਇੱਕ ਮਾਂ ਆਪਣੀ ਧੀ ਨੂੰ ਨਾਲ ਲੈ ਕੇ ਆਉਂਦੀ ਹੈ, ਆਂਦੀ ਹਕੀਮ ਸਾਹਿਬ ਹੈ ਵਾਲ ਪੁੱਟਦੀ ਹੈ, ਸਾਰਾ ਘਰ ਅੱਗੇ ਲਾਉਂਦੀ ਹੈ, ਲੇਕਿਨ ਬਾਹਰ ਸਹੇਲੀਆਂ 'ਚ ਬੜੀ ਖੁਸ਼ ਹੈ। ਘਰ ਇਹਨੇ ਸਾਡਾ ਜੀਣਾ ਆਰਾਮ ਕੀਤਾ, ਇਹਨੂੰ ਦੌਰਾ ਪੈ ਜਾਂਦਾ, ਇਹਨੂੰ ਫਲਾਣ ਹੋ ਜਾਂਦਾ। ਮੈਂ ਕੋਈ ਗੱਲ ਨਹੀਂ, ਫੇਰ ਕੀ ਹੋ ਗਿਆ? ਦੌਰਾ ਇੰਝ ਦਾ ਪੈਂਦਾ ਕਿ ਬੜੀ ਚਾਤਰ ਗਾਲਾਂ ਕੱਢਦੀ, ਵਾਲ ਪੁੱਟਦੀ ਹੈ, ਕੰਧਾਂ ਨੂੰ ਟੱਕਰਾਂ ਮਾਰਦੀ ਹੈ, ਖੂਨ ਕੱਢ ਲੈਂਦੀ ਹੈ ਛੁਰੀ ਨਾਲ ਆਪਣੇ ਲਬਾਵਾਂ ਦੇ ਉੱਤੇ, ਬਲੇਡ ਦੇ ਨਾਲ ਪੂਰੇ ਉਹਨੇ ਕੱਟ ਲਾਏ ਨੇ ਐਂਜਨ ਕਰਕੇ ਐਂਜਨ, ਜੇ ਦੂਜੇ ਲਾਏ ਨਹੀਂ ਹੁੰਦੇ ਆਸ਼ਮ ਮਸ਼ੂਕ ਨੇ, ਸਾਰਿਆਂ ਕਹਿਣਾ ਕਿ ਆਸ਼ਮ ਮਸ਼ੂਕ ਹੀ ਹੈ, ਆਸ਼ਮ ਮਸ਼ੂਕ ਹੀ ਜੇ ਕਰਦੀ ਸਾਰੇ ਇੰਝ ਹੀ ਕਹਿਣਾ। ਲੇਕਿਨ ਜਾ ਕਾਰ ਦੀ ਚਾਲ ਦੇ ਬਾਰੇ ਚ, ਹਾਂ ਜੀ ਬਾਹਰ ਨਹੀਂ, ਬਾਹਰ ਸਹੇਲੀਆਂ 'ਚ ਖੁਸ਼, ਕੋਈ ਮਸਲਾ ਹੀ ਨਹੀਂ। ਬੜਾ ਜ਼ਬਰਦਸਤ ਕੇਸ ਆ ਜੇ ਇਖਤਨਾਕੋ ਰਹਿਮ ਦਾ ਦੌਰਾ ਉਹਦੇ ਚ ਤੇ ਇਹਦੇ ਚ ਬੜਾ ਫਰਕ ਕਰਨਾ ਪਏਗਾ ਤੁਹਾਨੂੰ, ਠੀਕ ਹੈ? ਹੁਣ ਸਫੋਮ ਕਵੀ ਹਿਸਾਬ ਨਾਲ ਉਹਨੇ ਵਾਲ ਪੁੱਟਣੇ ਛੱਡੇ ਨੇ ਸਿਰ ਦੇ ਉੱਤੇ, ਉਹਨੇ ਕੋਈ ਪੁੱਟਿਆ ਹੀ ਨਹੀਂ, ਘਰਦਿਆਂ ਨੂੰ ਕੁਝ ਆਖਿਆ ਹੀ ਨਹੀਂ, ਦੁੱਧ ਪੀਣਾ ਜਿੱਦਾਂ ਦਾ ਸ਼ੁਰੂ ਕੀਤਾ, ਹੁਣ ਮੈਂ ਮੱਝ ਦਾ ਦੁੱਧ ਇਕੱਲਾ ਪੀਣ ਨੂੰ ਦਿੱਤਾ, ਮੈਂ ਤੂੰ ਪੀਣਾ ਹੀ ਐਵੇਂ ਗੱਲਾਂ ਤੁਹਾਡੇ ਛੋਟੇ ਨਾਲ ਤਲਕ ਰੱਖ ਦਿਓ ਤੁਹਾਡੇ ਵਾਸਤੇ ਸ਼ਾਦੀ ਸ਼ੁਦਾ ਹੋਵੇ ਤੇ ਉਜ਼ਲਾਤੀ ਗੁੱਦੀ, ਗੈਰ ਸ਼ਾਦੀ ਸ਼ੁਦਾ ਹੋਵੇ ਤੇ ਗੁੱਦੀ ਗੁੱਦੀ ਉਜ਼ਲਾਤੀ। ਦੋ ਜਗ੍ਹਾ ਤੇ ਸਾਬਰ ਸਾਹਿਬ ਰਹਿਣਾ ਇਹਦਾ ਬੜਾ ਨਾ ਕਨਫਿਊਜ਼ ਹੁੰਦੀ, ਕਿਲੇ ਗੁੱਦੀ ਜਾਂਦਾ ਨੇ ਕਿਤੇ ਗੁਜਰਾਤੀ ਜਾਂਦਾ ਨੇ, ਬੜਾ ਨਹੀਂ ਉਹ ਕਿਤਾਬ 'ਚ ਗਲਤੀ ਹੈ ਯਾਰ, ਕਨਫਿਊਜ਼ ਆਹ ਕੱਢੀ ਤੁਸੀਂ ਕੱਢੀ, ਉਹ ਸਾਡਾ ਕੋਲ ਸਿੱਖਿਆ ਨਾ ਯਾਰ। ਲੇਕਿਨ ਕਦੀ ਇਸ ਤਰ੍ਹਾਂ ਮਰੀਜ਼ ਨਹੀਂ ਹੁੰਦਾ ਜੀ, ਕਦੀ ਉਹ ਵਿਗੜ ਕੇ ਕਿਤੇ ਗੁਜਰਾਤੀ ਤਹਿਰੀਕ 'ਚ ਚਲਾ ਜਾਂਦਾ, ਕਦੀ ਕਿਤੇ ਰਹਿੰਦਾ, ਲੇਕਿਨ ਉਹਨੂੰ ਪਹਿਲੇ ਦਰੁਸਤ ਕਰਨਾ ਹੁੰਦਾ, ਫਾਈਨਲ ਟੱਚ ਹੈ ਵੇ ਜੀ ਜੀ।
ਕਿ ਮਰੀਜ਼ ਦੀ ਸਲਾਹ ਉਹਦੀ ਨਬਜ਼ ਔਰ ਕਰੂੜੇ ਤੋਂ ਕਰੀ, ਕਿਤਾਬਾਂ ਤੋਂ ਨਹੀਂ ਕਰੀ, ਅਸੂਲ ਨਹੀਂ ਚੱਲਣਾ, ਅਸੂਲ ਨਹੀਂ ਚੱਕੀ। ਅੱਛਾ ਅੱਛਾ, ਕਿਤਾਬਾਂ 'ਚ ਲਿਖਿਆ ਗੁੱਦੀ ਉਜਲਾਤੀ ਤਹਿਰੀਕ ਦੇ ਵਿੱਚ ਪੱਤਰੀ ਹੁੰਦੀ ਹੈ, ਉਜਲਾਤੀ ਗੁੱਦੀ 'ਚ ਪੱਤਰੀ ਹੁੰਦੀ ਹੈ, ਠੀਕ ਹੈ ਜੀ। ਉਹ ਕਿਹੜੀ ਪੱਥਰੀ ਹੈ ਜਿਹੜੀ ਅਸੀਂ ਉਹਨੂੰ ਟਮਾਟਰਾਂ ਨਾਲ ਵੀ ਕੱਢ ਲੈਂਦੇ, ਤਿੰਨ ਸ਼ਹੀਦ ਨਾਲ ਵੀ ਨਹੀਂ ਕਰਾਉਂਦੇ? ਨਹੀਂ, ਐਸਾ ਨਹੀਂ ਹੁੰਦਾ। ਉਹਨਾਂ ਕਿਤਾਬ 'ਚ ਸਹੀ ਲਿਖਿਆ, ਮਰੀਜ਼ ਵਿਗੜਿਆ ਹੁੰਦਾ, ਕੋਈ ਉਹਨੂੰ ਕਹਿੰਦਾ ਕਿ ਨਿੰਬੂ ਪਾਣੀ ਪੀ, ਕੋਈ ਕਹਿੰਦਾ ਲੱਸੀ ਪਾਣੀ ਪੀ, ਕੋਈ ਕਹਿੰਦਾ ਸ਼ਕਰਪਟ ਭਜੂਰੀ ਪੀ, ਕੋਈ ਕੁਛ, ਉੱਥੇ ਗੁੱਟ ਗੁੱਟ ਹੋ ਜਾਂਦਾ। ਉਹਦੀ ਸਲਾਹ ਤੁਸੀਂ ਕਰਨੀ ਜੀ, ਇੰਝ ਹੀ ਕਰਨਾ ਪੈਣਾ ਭਾਈ। ਗੱਲ ਫਾਲੋ ਕੀਤੀ, ਸਮਝ ਆਈ ਜੀ ਗੱਲ ਦੀ? ਅੱਗੇ ਕਰੋ ਜੀ, ਤੁਹਾਨੂੰ ਵੀ ਸਮਝ ਆਈ ਹੋਣੀ ਹੈ।